ਤੇ ਗੁਰਨਾਣਕ ਪ੍ਰਗਟ ਆ ਮਿੱਟੀ ਤੋਂ ਦੁਜ ਜਗ ਚਾਨਣ ਹੋਆ ਦਸ਼ਕ ਪੰਜਾਬ ਪਲੱਸ ਚੈਨਲ ਤੇ ਆਪਕਾ ਸਵਾਗਤ ਹੈ ਆਜਾਮ ਇੱਕ ਬਾਰ ਫਿਰ ਹਮੇ ਮੌਕਾ ਮਿਲਾ ਹਮ ਡਾਕਟਰ ਨੀਤ ਕੋਰ ਬੇਦੀ ਜੋ ਕਿ ਇੱਕ ਐਸੇ ਡਾਕਟਰ ਹੈ ਜੋ ਬੰਧ ਨਾੜੀਆਂ ਦੀ ਬਾਤ ਕਰਲੇ ਹਮ ਹਰਟ ਕੀ ਹਮ ਸ਼ੂਗਰ ਕੀ ਬਾਤ ਕਰਲੇ हम लोग पीसीओडी की बात कर लें हम लोग इनफर्टिलिटी की बात कर लें हम लोग घुटनों में दर्द की बात कर लें तो हर चीज़ की मर्ज इनके पास है और हमेशा ये कोशिश इनकी यही रहती है कि बिना मेडिसन के हम लोग एक ज़िंदगी दें अपने पेशेंट्स को गुरुपुर का पवित्र दिहाड़ा है और आज हम आए हैं डॉक्टर अवनीत कौर बेदी जी के साथ जो कि सोलहवीं पीढ़ी श्री गुरु नानक देव जी के अंश बंश बाबा अवतार सिंह जी बेदी उनके जो ये धर्मपत्नी हैं और आज हम लोग आए हुए थे बाबा जी के पास भी गुरुपर्व के दिन बात कर रहे हैं डॉक्टर अवनीत कौर वेदी जी के साथ जो कि एक गुरमत के साथ-साथ जो सेवाएं दे रहे हैं अपनी हेल्थ में भी वो भी साथ में अपनी वाइब्रेशन पवित्रता की लेते हैं और लोगों को एक नई जिंदगी देते हैं डॉक्टर अवनीत जी आपका स्वागत है हमारे स्पेशल शो में थैंक यू जी पहले तो सारी संगता ਨੂੰ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਏ ਜੀ ਜੀ ਕੀ ਕਹਿਣਾ ਚਾਹੋਗੇ ਕਿ ਅੱਜ ਹਰਟ ਹਰ ਚੌਥਾ ਬੰਦਾ ਜਿਹੜਾ ਹੈਗਾ ਹਰਟ ਦੇ ਨਾਲ ਗਰਸਤੇ 나ੜੀਆਂ ਬਲਾਕ ਨੇ ਖਾਣੇ ਜਿਹੜੇ ਆ ਉਹੀ ਸਵੇਰ ਤੋਂ ਲਾ ਕੇ ਪਰੌਂਠੇ ਦੁਪਹਿਰੇ ਚੀਜ਼ਾਂ ਆਫਿਸ ਜਾ ਕੇ ਚਾਹ ਦੇ ਨਾਲ 스낵्स ਸ਼ਾਮ ਨੂੰ ਫੇਰ 스낵्स ਫਿਰ ਸ਼ਾਮ ਨੂੰ ਕੋਈ ਦੋਸਤ ਯਾਰ ਲੱਭ ਕੇ ਰਾਤ ਨੂੰ ਫੇਰ ਹੈਵੀ ਹੈਵੀ ਰੋਟੀਆਂ ਉਸ ਤੋਂ ਬਾਅਦ ਵਿੱਚ ਦੁੱਧ ਮਲਾਈਆਂ ਵਾਲੇ ਕੀ ਕਹਿਣਾ ਚਾਹੋਗੇ ਬਨੀਤ ਜੀ ਕਿ ਅੱਜ ਜਿਹੜਾ ਪੰਜਾਬ ਸਾਡਾ ਖਾਸ ਕਰਕੇ ਔਰ ਦਿੱਲੀ ਦੀ ਆਪਾਂ ਗੱਲ ਕਰ ਲਈਏ ਹਿਮਾਚਲ ਦੀ ਗੱਲ ਕਰ ਲਈਏ ਹਰਿਆਣਾ ਦੀ ਗੱਲ ਕਰ ਲਈਏ ਉੱਥੇ ਵੀ ਜਿਆਦਾ ਪੰਜਾਬੀ ਮਤਲਬ ਜਿਹੜੇ ਹੈਗੇ ਆ ਹੈ ਨੇ ਕੀ ਕਹਿਣਾ ਚਾਹੋਗੇ ਕਿ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਸ਼ੈਲੀ ਜੀਵਨ ਸ਼ੈਲੀ ਹੈ ਜਿਹੜੀ ਉਹ ਬਿਲਕੁਲ ਅਸਤ ਵਿਅਸਤ ਹੋ ਚੁੱਕੀ ਹੈ ਸਾਡਾ ਲਾਈਫ ਸਟਾਈਲ ਅਸੀਂ ਇੰਨਾ ਜ਼ਿਆਦਾ ਖਰਾਬ ਕਰ ਲਿਆ ਲਾਈਫ ਸਟਾਈਲ ਵਿੱਚ ਐ ਨਹੀਂ ਹੁੰਦਾ ਕਿ ਤੁਸੀਂ 20 ਮਿੰਟ ਐਕਸਰਸਾਈਜ਼ ਕਰ ਲਈ ਤੇ ਤੁਸੀਂ ਕਹੋ ਮੈਂ ਹੁਣ ਕੁਝ ਵੀ ਖਾ ਸਕਦਾ ਜਾਂ ਖਾ ਸਕਦੀ ਹਾਂ ਤੁਹਾਨੂੰ ਆਪਣੇ ਖਾਣ ਪੀਣ ਤੇ ਬਹੁਤ ਹੂੰ ਮੋਡੀਫਿਕੇਸ਼ਨ ਦੀ ਲੋੜ ਹੈ ਜਿਹਦੇ ਲਈ ਤੁਹਾਨੂੰ ਇੱਕ ਪ੍ਰੋਫੈਸ਼ਨਲ ਕੰਸਲਟੇਸ਼ਨ ਦੀ ਲੋੜ ਹੈ ਕਿਸੇ ਅੱਛੇ ਡਾਈਟੀਸ਼ੀਅਨ ਨੂੰ ਨਿਊਟ੍ਰੀਸ਼ਨਿਸਟ ਨੂੰ ਮਿਲਣ ਦੀ ਲੋੜ ਹੈ ਜਿਹੜੇ ਤੁਹਾਡੀ ਡਾਈਟ ਬੰਦਨ ਦੇਖੋ ਅੱਜਕਲ ਅਸੀਂ ਦੇਖੀਏ 99% ਲੋਕਾਂ ਨੂੰ ਹਾਰਟ ਦੀ ਤਕਲੀਫ ਆ ਰਹੀ ਹੈ ਜਿਹੜੇ ਸਾਡੇ ਕੋਲ ਪੇਸ਼ੈਂਟ ਆਉਂਦੇ ਨੇ ਉਹਨਾਂ ਨੂੰ ਹਾਰਟ ਦੀ ਤਕਲੀਫ ਹੈ ਹੀ ਹੈ ਤੇ ਕਿਵੇਂ ਅਸੀਂ ਪ੍ਰੀਵੈਂਟ ਕਰ ਸਕਦੇ ਹਾਂ ਇੱਕ ਤਾਂ ਤੁਸੀਂ ਆਪਣੀ ਲਾਈਫਸਟਾਈਲ ਨੂੰ ਮੋਡੀਫਾਈ ਕਰੋ ਕਿਉਂ ਹੈ ਛੋਟੇ-ਛੋਟੇ ਚੀਜ਼ਾਂ ਜਿਵੇਂ ਲੋਕੀ ਕਹਿੰਗੇ ਅਸੀਂ ਤਲਿਆ ਮਲਿਆ ਨਹੀਂ ਖਾਦਾ ਪਰ ਤੁਸੀਂ ਜਿਹੜਾ ਹਰ ਥੋੜੀ ਦੇਰ ਵਿੱਚ ਕੁਝ ਨਾ ਕੁਝ ਖਾਈ ਜਾਂਦੇ ਹੋ ਤੁਹਾਨੂੰ ਐ ਨਹੀਂ ਪਤਾ ਉਹਦੇ ਵਿੱਚ ਟ੍ਰਾਂਸ ਫੈਟਸ ਕਿੰਨੇ ਕਿੰਨੇ ਨੇ ਹੈਨਾ ਲਾਈਕ ਇਫ ਯੂ ਟੇਕ ਬਿਸਕਟਸ ਬਿਸਕਟ ਦੀ ਗੱਲ ਕਰਾਂ ਇੱਕ ਪੈਕਟ ਬਿਸਕਟ ਅਸੀਂ ਛੋਟਾ ਜਿਹਾ ਕੱਟਦੇ ਆਂ ਔਰ ਖਾ ਲੈਂਿਆ ਉਹਦੇ ਵਿੱਚ ਐਨਾ ਗੰਦਾ ਸੈਚੂਰੇਟਿਡ ਫੈਟ ਹੈ ਜਿਹੜਾ ਤੁਹਾਡੀ ਆਰਟਰੀਜ਼ 'ਚ ਜਮ ਜਾਂਦਾ ਹੈ ਔਰ ਜਮਦੇ ਜਮਦੇ ਪਲਾਗ ਬਣ ਜਾਂਦਾ ਹੈ ਉਵੇਂ ਹੀ ਬਲੌਕੇਜ ਹੋ ਜਾਂਦੀ ਹੈ ਥਰੋਟ ਬਣਦਾ ਹੈ ਹਾਰਟ ਅਟੈਕ ਹੋ ਜਾਂਦਾ ਹੈ ਅਸੀਂ ਮੈਂ ਹੁਣ ਲੇਟੈਸਟ ਹੀ ਸੁਣਿਆ ਸੀ ਮੇਰੇ ਕੋਈ ਫਰੈਂਡ ਦੇ ਮਤਲਬ ਬ੍ਰਦਰ ਇਨ ਲਾ ਦੀ ਡੈਥ ਹੋਈ ਹੈ ਹੀ ਵਾਸ ਜਸਟ 46 ਹਾਲ ਹੀ ਗੜੀ ਲਾਸਟ ਵੀ ਕੀ ਮੈਂ ਸੁਣਿਆ ਦੇਖੋ ਉਹ ਐਈ ਸੋਚਦੇ ਰਹੇ ਕਿ ਐਸਿਡਿਟੀ ਹੈ ਐਸਿਡਿਟੀ ਹੈ ਅਸੀਂ ਡਾਕਟਰ ਕੋਲ ਜਾਣਾ ਹੀ ਨਹੀਂ ਚਾਹਦੇ ਅਸੀਂ ਆਪ ਹੀ ਘਰ ਹੀ ਇਲਾਜ ਕਰੀ ਜਾਂਦੇ ਆ ਪੂੜੀਆਂ ਖਾਣੀਆਂ ਇੱਕ ਦੀ ਜਗ੍ਹਾ 10-20 ਪੂੜੀਆਂ ਖਾਈ ਜਾਵਾਂਗੇ ਕੰਟਰੋਲ ਇਜ਼ ਦ ਕੀ ਆਪਣਾ ਕੰਸਿਸਟੈਂਸੀ ਲਿਆਓ ਥੋੜੀ ਸੈਰ ਕਰੋ ਥੋੜੀ ਐਕਸਰਸਾਈਜ਼ ਕਰੋ ਤੇ ਡਾਈਟ ਡਸਨਟ ਮੀਨ ਕਿ ਤੋਨੂ ਸਿਰਫ ਉਬਲਾ ਖਾਣਾ ਹੈ ਡਾਈਟ ਮੀਨਸ ਤੋਨੂ ਇੱਕ ਪੈਟਰਨ ਫੋਲੋ ਕਰਨਾ ਹੈ ਇੱਕ ਤਰੀਕੇ ਨਾਲ ਖਾਣਾ ਕਿਸੇ ਦੀ ਅੰਡਰ ਆਬਜ਼ਰਵੇਸ਼ਨ ਲਾਈਕ ਅ ਨਿਊਟ੍ਰੀਸ਼ਨਿਸਟ ਹੋਣ ਜਾਂ ਕੋਈ ਤੁਸੀਂ ਇੱਕ ਲਾਈਫਸਟਾਈਲ ਮੋਡੀਫਿਕੇਸ਼ਨ ਕੰਸਲਟੈਂਟ ਨੂੰ ਮਿਲੋ ਜਿਹੜੇ ਤੁਹਾਨੂੰ ਗਾਈਡ ਕਰ ਸਕਣ ਕਿ ਲੋਕ ਕਹਿੰਦੇ ਨੇ ਕਿ ਜੇ ਅਸੀਂ ਡਾਕਟਰ ਅਵਨੀਤ ਨਾਲ ਕੰਸਲਟ ਕਰਦੇ ਆ ਤਾਂ ਸਾਨੂੰ ਭੁੱਖਾ ਵੀ ਨਹੀਂ ਰਹਿਣ ਦਿੰਦੀ ਸਾਨੂੰ ਖੁਲਾਉਂਦੀ ਵੀ ਹੈ ਪੂਰਾ ਔਰ ਅਸੀਂ ਠੀਕ ਵੀ ਹੋਈ ਜਾਂਦੇ ਆ ਅਸੀਂ ਚੀਜ਼ਾਂ ਵੀ ਉਹੀ ਖਾਈ ਜਾਂਦੇ ਆ ਲੇਕਿਨ ਉਹਨੇ ਸਾਡੇ ਚੀਜ਼ਾਂ ਦਾ ਸਟਾਈਲ ਬਦਲਤਾ ਖਾਣ ਦਾ ਕੀ ਕਹਿਣਾ ਚਾਹੋਗੇ ਕਿ ਤੁਸੀਂ ਖਲਾਫ ਲਾ ਕੇ ਵੀ ਪ੍ਰੋਟੀਨ ਡਾਈਟ ਜ਼ਿਆਦਾ ਦੇ ਕੇ ਜਿਸ ਤਰੀਕੇ ਦੇ ਨਾਲ ਤੁਸੀਂ ਆਪਣੇ ਪੇਸ਼ੈਂਟਸ ਨੂੰ ਜਿਹੜਾ ਬੰਦਾ ਤੁਹਾਡੇ ਨਾਲ ਜੁੜ ਜਾਂਦਾ ਉਹਦੇ ਚ ਗਲੋ ਆ ਜਾਂਦੀ ਹੈਗੀ ਆ ਔਰ ਉਹਦੇ ਵਿੱਚ ਇੱਕ ਚੇਂਜ ਆਣੀ ਸ਼ੁਰੂ ਹੋ ਜਾਂਦੀ ਹੈਗੀ ਆ ਪਹਿਲੇ ਦਿਨ ਤੋਂ ਹੀ ਕੰਸਿਸਟੈਂਟ ਐਂਡ ਵੈਨ ਯੂ ਜੁਆਇਨ ਮੀ ਲਾਈਕ ਇਫ ਯੂ ਆਰ ਟੇਕਿੰਗ ਕੰਸਲਟੇਸ਼ਨ ਅੰダー ਮੀ ਦੈਨ ਤੁਹਾਨੂੰ ਮੈਂ ਇੱਕ ਪ੍ਰੋਪਰ ਡਾਈਟ ਬੰਦਾਂਗੀ ਸਵੇਰ ਦਾ ਨਾਸ਼ਤਾ ਵੀ ਖਿਲਾਵਾਂਗੀ ਲੰਚ ਵੀ ਦਾਂਗੀ ਸ਼ਾਮ ਦੀ ਚਾਹ ਵੀ ਮਿਲੇਗੀ ਉਹਦੇ ਨਾਲ 스ਨੈਕਸ ਵੀ ਮਿਲਣਗੇ ਮਤਲਬ ਹੈਲਦੀ ਚੀਜ਼ ਤੇ ਰਾਤੀ ਡਿਨਰ ਵੀ ਮਿਲੇਗਾ ਐ ਨਹੀਂ ਕਿ ਤੁਸੇ ਭੁੱਖਾ ਰਹਿਣਾ ਤੁਹਾਨੂੰ ਰੋਟੀ ਵੀ ਖਾਣੀ ਹੈ ਚਾਵਲ ਵੀ ਖਾਣੇ ਹੈ ਦਾਲ ਵੀ ਖਾਣੀ ਹੈ ਅਗਰ ਬਾਈ ਚਾਂਸ ਤੁਸੀ ਨਾਨ-ਵੈਜੀਟੇਰੀਅਨ ਹੋ ਤੁਹਾਨੂੰ ਫਿਸ਼ ਚਿਕਨ ਸਭ ਕੁਝ ਮਿਲੇਗਾ ਬਟ ਇੱਕ ਤਰੀਕਾ ਤੁਹਾਨੂੰ ਸਿਖਾਇਆ ਜਾਗਾ ਕਿ ਕਿਵੇਂ ਤੁਹਾਨੂੰ ਆਪਣੀ ਡਾਈਟ ਇਸ ਹਰ ਚੀਜ਼ ਨੂੰ ਇੰਟਰੋਡਿਊਸ ਕਰਨਾ ਹੈ ਬ੍ਰੇਕਫਾਸਟ ਕਿਵੇਂ ਲੈਣਾ ਹੈ ਬੈਟੀ ਕਿਵੇਂ ਲੈਣੀ ਹੈ ਇੱਕ ਤਰੀਕੇ ਹੁੰਦੇ ਨੇ ਜਿਹੜੇ ਅਸੀਂ ਮੋਡੀਫਾਈ ਕਰਕੇ ਤੁਹਾਨੂੰ ਸਿਖਾਵਾਂਗੇ ਹੋ ਗਏ ਕਿ ਇੱਕ ਵਾਰ ਪੇਸ਼ੈਂਟ ਜਿਹੜਾ ਹੈਗਾ ਫਾਲੋ ਕਰਨ ਲੱਗ ਜਾਵੇ ਤਾਂ ਉਹਦੇ ਨਾਲ ਚੇਂਜ ਜਦੋਂ ਸ਼ੁਰੂ ਹੋਣ ਲੱਗ ਜਾਂਦੀ ਹੈ એનર્ਜੀ ਲੈਵਲਸ ਵੱਧ ਜਾਂਦੇ ਆ 글로 ਫੇਸ ਦੀ ਵੱਧ ਜਾਂਦੀ ਆ ਅਮਲੀ ਜੀ ਤੁਸੀਂ ਵਾਟਰ ਦੇ ਉੱਪਰ ਪਾਣੀ ਦੇ ਉੱਪਰ ਔਰ ਡਰਿੰਕਸ ਦੇ ਉੱਪਰ ਨਾਰੀਅਲ ਪਾਣੀ ਹੈ ਜੂਸਿਸ ਹੈਗੇ ਆ ਫਰੈਸ਼ ਜੂਸਿਸ ਉਹਨਾਂ ਦੇ ਸਾਈਜ਼ ਕਰ ਦਿਓ ਜ਼ਿਆਦਾ ਕਰ ਦਿਓ ਔਰ ਜਿਹੜੇ ਪੇਸ਼ੈਂਟ ਤੁਹਾਡੇ ਨਾਲ ਜੁੜ ਜਾਂਦੇ ਨੇ ਉਹ ਇਨੀਆਂ ਚੀਜ਼ਾਂ ਦੇ ਵੱਲ ਮਤਲਬ ਉਹਨਾਂ ਦਾ ਧਿਆਨ ਹੋ ਜਾਂਦਾ ਉਹੀ ਚਾਹ ਜਿਹੜੀ ਉਹ ਤਿੰਨ ਤਿੰਨ ਚਾਰ ਚਾਰ ਵਾਰੀ ਚਾਹ ਪੀਂਦੇ ਸੀਗੇ ਉਦੋਂ ਕਹਿੰਦੇ ਨਾਰੀਅਲ ਪਾਣੀ ਚਾਹੀਏ ਹਮੇ ਹਮੇ ਵਾਟਰ ਚਾਹੀਏ ਕੀ ਕਹਿਣਾ ਚਾਹੋਗੇ ਕਿ ਇੱਕ ਵਾਰੀ ਪੇਸ਼ੈਂਟ ਜਦੋਂ ਇੱਕ ਅਟੈਚ ਹੋ ਜਾਂਦਾ ਹੈਗਾ ਤੇ ਫਿਰ ਉਹਦੀ ਜੀਵਨ ਸ਼ੈਲੀ ਉਹਨੂੰ ਆਪਣੇ ਆਪ ਹੀ ਉਹੀ ਚੀਜ਼ਾਂ ਉਹ ਸਵਾਦ ਲੱਗਣ ਲੱਗ ਜਾਂਦੀਆਂ ਚਾਹੋ ਤ ਉਹਨੂੰ ਆਪਣੇ ਆਪ ਹੀ ਉਹਨ ਲੱਗ ਲੱਗ ਜਾਂਦਾ ਨਹੀਂ ਚਾ ਮੈਂ ਜ਼ਿਆਦਾ ਨਹੀਂ ਪੀਣੀ ਸਸਤੀ ਜਗਾ ਮੈਂ ਕਹਾਂਗੀ ਫਰੂਟ ਖਾ ਲੋ ਜੂਸ ਤੇ ਨੀਰਾ 슈ਗਰ ਹੋ ਗਈ ਤੇ ਚਾ ਵੀ ਤੁਸੀਂ ਕਹੋ ਕਿ ਨੁਕਸਾਨ ਨਹੀਂ ਹੈ ਨਹੀਂ ਤਰੀਕੇ ਨਾਲ ਹਰ ਚੀਜ਼ ਲਓ ਹਰ ਚੀਜ਼ ਦਾ ਬੈਲੈਂਸ ਜੂਸ ਵੀ ਲਓ ਹਰ ਚੀਜ਼ ਲਓ ਨਾਰੀਅਲ ਪਾਣੀ ਵੀ ਅਸੀਂ ਪੈਟਰਨ ਨਾਲ ਦੇ ਦਿੰਦੇ ਆਂ ਉਹਦਾ ਵੀ ਇੱਕ ਰੀਜ਼ਨ ਹੈ ਉਹਦੇ ਵਿੱਚ ਪੋਟਾਸ਼ੀਅਮ ਰਿਚ ਹੈ ਜ਼ਰੂਰੀ ਨਹੀਂ ਹਰ ਬੰਦਾ ਰੋਜ਼ ਨਾਰੀਅਲ ਪਾਣੀ ਪੀ ਸਕੇ ਇੱਕ ਮੈਂ ਐਗ ਗੱਲ ਬੜੀ ਫੜੀ ਹੈ ਕਿ ਮੈਂ ਲੋਕਾਂ ਨੂੰ ਦੇਖਦੀ ਹਾਂ ਰੋਜ਼ ਆਏ ਦਿਨ ਨਾਰੀਅਲ ਪਾਣੀ ਪੀਂਦੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਕਿੰਨਾ ਪੋਟਾਸ਼ੀਅਮ ਆਪਣੇ ਅੰਦਰ ਸਰੀਰ ਵਿੱਚ ਦੇઈ ਜਾ ਰਹੇ ਨੇ ਉਹਦੇ ਵਿੱਚ ਵੀ 슈ਗਰ ਵੀ ਹੈ ਤੇ ਹਰ ਚੀਜ਼ ਦਾ ਇੱਕ ਤਰੀਕਾ ਉਹੀ ਮੈਂ ਕਹਾਂ ਨਾ ਤੁਸੀਂ ਕੰਸਲਟੇਸ਼ਨ ਜਦ ਤੱਕ ਕਿਸੇ ਦੇ ਅੰダー ਗਾਈਡੈਂਸ ਨਹੀਂ ਲੋਗੇ ਤੁਹਾਨੂੰ ਪਤਾ ਹੀ ਨਹੀਂ ਚਲੇਗਾ ਕਿ ਚੀਜ਼ ਹੈਲਦੀ ਹੈ ਕਿ ਚੀਜ਼ ਅਨ ਹੈਲਦੀ ਹੈ ਬੈਲੈਂਸ ਇਸ ਦਕੀ ਅਸੀਂ ਬੈਲੈਂਸ ਨਹੀਂ ਕਰ ਰਹੇ ਆ ਅਸੀਂ ਅਗਰ ਜੂਸ ਪੀ ਰਹੇ ਆ ਤਾਂ ਜੂਸ ਹੀ ਪੀਏ ਜਾਵਾਂਗੇ ਚਾਹ ਛੱਡਾਂਗੇ ਤਾਂ ਚਾਹ ਛੱਡੀ ਦਾਂਗੇ ਯੂ ਹੈਵ ਟੂ ਟੇਕ ఎవਰੀਥਿੰਗ ਬਟ ਇਨ ਅ ਵੇ ਯੂ ਹੈਵ ਟੂ ਮੋਡੀਫਾਈ ఎవਰੀਥਿੰਗ ਕੰਸਰਨ ਆਪਾਂ ਦੇਖ ਰਹੇ ਆ ਕਿ ਅੱਜਕੱਲ ਜਿਹੜਾ ਹੈਗਾ ਰੈਡੀਮੇਡ ਫੂਡ ਪੈਕੇਟ ਫੂਡ ਦੋ ਮਹੀਨੇ ਦੇ ਪੁਰਾਣੀਆਂ ਚੀਜ਼ਾਂ ਦਾਲਾਂ ਸਬਜ਼ੀਆਂ ਕਹਿੰਦੇ ਨਾਲ ਦੀ ਨਾਲ ਸਾਗ ਬਣਾ ਲਓ ਉਹਨਾਂ ਨੂੰ ਪ੍ਰੀਜ਼ਰਵ ਕਰਕੇ ਰੱਖਣਾ ਕੀ ਕਹਿਣਾ ਚਾਹੋਗੇ ਕਿ ਉਹ ਜਿਹੜੀ ਪ੍ਰੀਜ਼ਰਵੇਸ਼ਨ ਹੈ ਜਦੋਂ ਪ੍ਰੀਜ਼ਰਵੇਸ਼ਨ ਹੁੰਦੀ ਹੈ ਜਦੋਂ ਆਪਾਂ ਸਾਗ ਨੂੰ ਉਹ ਉਹਨੂੰ ਇੱਕ ਨੇਚਰਲ ਚੀਜ਼ ਔਰ ਇੱਕ ਚੀਜ਼ ਜਿਹੜੀ ਉਹ ਰੱਖ ਕੇ ਬਣਾਉਂਦੇ ਹੈਗੇ ਆ ਕੀ ਕਹਿਣਾ ਚਾਹੋਗੇ ਕਿ ਦੋਨਾਂ ਚੀਜ਼ਾਂ ਚ ਫਰਕ ਹੈ 노 ਡੋਟ ਟੇਸਟ ਆਪ ਨੂੰ ਬਹੁਤ ਜ਼ਿਆਦਾ ਵਧੀਆ ਲੱਗਦੇ ਨੇ ਜਿਹੜੀਆਂ ਪ੍ਰੀਜ਼ਰਵਡ ਚੀਜ਼ਾਂ ਆਉਂਦੀਆਂ ਲੇਕਿਨ ਉਹਦਾ ਸਾਈਡ ਇਫੈਕਟ ਔਰ ਹੋਰ ਚੀਜ਼ਾਂ ਬਹੁਤ ਜ਼ਿਆਦਾ ਨੁਕਸਾਨ ਹੁ ਫਰੈਸ਼ਲੀ ਕੁਕਡ ਖਾਣਾ ਖਾਓ ਜਿਹੜਾ ਪੈਕਡ ਹੁੰਦਾ ਉਹਦੇ ਚ ਬਹੁਤ ਜ਼ਿਆਦਾ ਪ੍ਰੀਜ਼ਰਵੇਟਿਵ ਪਏ ਹੁੰਦੇ ਨੇ 슈ਗਰਸ ਪਈ ਹੁੰਦੀਆਂ ਨੇ ਓਵਰ ਸੋਡੀਅਮ ਪਏ ਆ ਹੁੰਦਾ ਤੇ ਤੁਸੀਂ ਦੇਖੋ ਇਹ ਸਾਰਾ ਅਨ ਹੈਲਦੀ ਹੋ ਜਾਂਦਾ ਫੂਡ ਦੇਖੋ ਜਿੰਨੂੰ ਤੁਸੀਂ 2-2 3-3 ਮਹੀਨੇ 6-6 ਮਹੀਨੇ ਦੀ ਸ਼ੈਲਫ ਲਾਈਫ ਕਿਵੇਂ ਬਤਾਓਗੇ ਆਬਵੀਅਸਲੀ ਤੁਸੀਂ ਉਹਦੇ ਵਿੱਚ ਬਹੁਤ ਜ਼ਿਆਦਾ ਪ੍ਰੀਜ਼ਰਵੇਟਿਵਸ ਪਾਓਗੇ ਤੇ ਉਹ ਤੁਹਾਡੇ ਲਈ ਸਰੀਰ ਲਈ ਚੰਗਾ ਹੈ ਨਹੀਂ ਇਸ ਤੋਂ ਚੰਗਾ ਹੈ ਤੁਸੀਂ ਫਰੈਸ਼ ਬਣਾ ਲਓ ਚਾਹੇ ਕੋਈ ਈਜ਼ੀ ਚੀਜ਼ ਬਣਾ ਲਓ ਠੀਕ ਹੈ ਸਾਗ ਨਹੀਂ ਬਣਾ ਸਕਦੇ ਤੇ ਕੋਈ ਈਜ਼ੀ ਚੀਜ਼ ਬਣਾ ਲਓ ਬਟ ਮੇਕ ਇਟ ਐਟ ਹੋਮ make a practice to eat fresh food rather than eating packed food it is totally unhealthy and oi heart attack nu leke janda kyunki odech inna trans fat paya hovega saturated fat paya hovega jehda again twadi heart di arteries te jam jayega jam jayega they can need to heart attacks and oi main kehna chahwangi 40 te 50 de vich sanu inne patient milde paye ne chahe pehle ladies ni hundi si ya hun te ladies women we are seeing women who are also having heart ਡਿਜ਼ੀਜ਼ਸ ਬਿਕੋਜ਼ ਆਫ देयर ਅਨਹੈਲਦੀ ਲਾਈਫ ਸਟਾਈਲ ਅਮਨੀ ਜੀ ਜਿਸ ਤਰੀਕੇ ਨਾਲ ਤੁਸੀਂ ਮੈਡੀਟੇਸ਼ਨ ਤੁਸੀਂ ਐਕਸਰਸਾਈਜ਼ ਐਰੋਬਿਕਸ ਤੁਸੀਂ ਮਾਰਨਿੰਗ ਵਾਕ ਈਵਨਿੰਗ ਵਾਕ ਕੀ ਕਹਿਣਾ ਚਾਹੋਗੇ ਕਿ ਹਰ ਚੀਜ਼ ਇੱਕ ਇੱਕ ਪੈਟਰਨ ਹੈਗਾ ਤੁਹਾਡਾ ਜਿਹਦੇ ਵਿੱਚ ਤੁਸੀਂ ਕੱਲਾ ਫੂਡ ਮਤਲਬ ਸਖਾਂ ਇਹੀ ਨਹੀਂ ਸਿਖਾਉਂਦੇ ਕਿ ਫੂਡ ਕਿੱਦਾਂ ਖਾਣਾ ਬਲਕਿ ਜ਼ਿੰਦਗੀ ਕਿਵੇਂ ਜੀਣੀ ਹੈਗੀ ਆ ਕਿਵੇਂ ਤੁਸੀਂ ਆਪਣੀ ਜ਼ਿੰਦਗੀ ਦੇ ਟਾਈਮ ਟੇਬਲ ਬਣਾਣੇ ਹੈਗੇ ਆ ਜਿਹੜਾ ਪਿਕਚਨ ਤੁਹਾਡੇ ਨਾਲ ਜੁੜ ਜਾਂਦਾ ਹੈਗਾ ਉਹ ਤੁਹਾਡੇ ਤੋਂ ਕਿਵੇਂ ਪੁੱਛ ਲਿੰਦਾ ਵੀ ਅਮਨੀਤ ਜੀ ਅੱਜ ਮੈਂ ਰਹਿਨ ਦਾ ਸੈਰ ਕਰਨ ਨੂੰ ਫਿਰ ਵੀ ਤੁਸੀਂ ਉਹਨਾਂ ਨੂੰ ਗਾਈਡ ਕਰ ਦਿੰਦੇ ਹੋ ਵੀ ਨਹੀਂ ਬਈ ਕੋਈ ਗੱਲ ਨਹੀਂ ਚਲ ਜੇ ਇੱਕ ਦਿਨ ਨਹੀਂ ਵੀ ਹੋਊਗੀ ਪਰ ਇਹਨੂੰ 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 ਮਤਲਬ ਆਉਣਾ ਕਰੀ ਵੀ ਰੋਜ਼ ਹੀ ਬਣਾ ਲੈ ਅੰਦਰ ਤੋਂ ਆਵਾਜ਼ ਆਉਂਦੀ ਹੈ ਇੱਕ ਵਾਰੀ ਹੈਬਿਟ ਪੈ ਜਾਏ ਤੋ ਮੈਨੂੰ ਜੋ ਲੱਗਦਾ ਹੈ ਕਿ ਉਹ ਇਨਸਾਨ ਨੂੰ ਇੱਕ ਹੈਬਿਟ ਪੈ ਜਾਂਦੀ ਹੈ ਕਿ ਮੈਂ ਅੱਜ ਅਗਰ ਅੰਦਰ ਹੀ ਆਵਾਜ਼ ਆਉਂਦੀ ਹੈ ਕਿ ਮੈਂ ਅੱਜ ਐਕਸਰਸਾਈਜ਼ ਨਹੀਂ ਕੀਤੀ ਅੱਜ ਮੈਂ ਵਾਕ ਨਹੀਂ ਗਿਆ ਆਪਣਾ ਗਿਲਟ ਖੁਦ ਹੀ ਆ ਜਾਂਦਾ ਹੈ ਤੇ ਮੈਨੂੰ ਲੱਗਦਾ ਕਿ ਕੋਈ ਵੀ ਆਪਣੀ ਐਕਸਰਸਾਈਜ਼ ਜਾਂ ਉਹ ਛੱਡਦਾ ਨਹੀਂ ਹੈ ਤੇ ਆਬਵੀਅਸਲੀ ਮੋਟੀਵੇਸ਼ਨ ਤੇ ਇੱਕ ਕੰਸਲਟੈਂਟ ਦੀ ਰਹਿੰਦੀ ਹੈ ਮੇਰੀ ਇੱਕ ਮਾਈਂਡ ਵਿੱਚ ਤੇ ਰਹਿੰਦਾ ਹੀ ਹੈ ਕਿ ਮੈਨੂੰ ਉਹਨਾਂ ਨੂੰ ਜਵਾਬ ਦੇਣਾ ਪਏਗਾ ਉਹਨਾਂ ਨੂੰ ਮੈਨੂੰ ਮੈਸੇਜ ਕਰਕੇ ਦੱਸਣਾ ਪਏਗਾ ਕਿ ਅੱਜ ਮੈਂ ਆਪਣੀ ਵਾਕ ਮਿਸ ਕਰ ਦਿੱਤੀ ਐਕਸਰਸਾਈਜ਼ ਮਿਸ ਕਰ ਦਿੱਤੀ ਤੇ ਉਹ ਕੁਝ ਨਾ ਕੁਝ ਤੇ ਆਬਵੀਅਸਲੀ ਮੈਂ ਕਹਾਂਗੀ ਨਾ ਕਿ ਤੁਸੀਂ ਇਹ ਕੀਤਾ ਹੈ ਤੇ ਹੁਣ ਤੁਸੀਂ ਘਰ ਹੋਮ ਐਕਸਰਸਾਈਜ਼ ਕਰ ਲਓ ਹੋਮ ਐਕਸਰਸਾਈਜ਼ ਮੈਂ ਦੱਸ ਦਿੰਨੀ ਆ ਉਹਦੀ ਜਗ੍ਹਾ ਆਪਸ਼ਨ ਕੀ ਕਹਿਣਾ ਚਾਹੋਗੇ ਕਿ ਹਾਰਟ ਦੀ ਜਦੋਂ ਬਿਮਾਰੀ ਸ਼ੁਰੂ ਹੋ ਜਾਂਦੀ ਆ ਲੋਕਾਂ ਨੂੰ ਮੰਨ ਲਓ ਗੋਲੀ ਲੱਗ ਜਾਂਦੀ ਆ ਬੀਪੀ ਦੀ ਗੋਲੀ ਲੱਗ ਜਾਂਦੀ ਆ ਲੋਕ ਉਹਨੂੰ ਵੀ ਫਿਰ ਲੈਟਿਨ ਹੀ ਲੈਂਦੇ ਰਹਿੰਦੇ ਆ ਲੋਕ ਅੱਜ ਜਿਹੜਾ ਆਪਣਾ ਸਿਨੈਰੀਓ ਪੰਜਾਬ ਦਾ ਖਾਸ ਕਰਕੇ ਆ ਜਿੰਨਾਂ ਚਿਰ ਬੰਦਾ ਡਿੱਗਦਾ ਨਹੀਂ ਨਾ ਮੰਜੇ ਤੇ ਉਹਨਾਂ ਚਿਰ ਉਹ ਨਹੀਂ ਕੋਸ਼ਿਸ਼ ਕਰਦਾ ਮੈਂ ਕਿਸੇ ਚੀਜ਼ ਨੂੰ ਔਰ ਉਹਦੇ ਨਾਲ ਨਾਲ ਅਗਰ ਆਪਾਂ ਗੱਲ ਕਰ ਲਈਏ ਸ਼ੂਗਰ ਦੀ ਜਿਹੜੀ ਕਿ ਮੇਨ ਕਾਸ ਹੈਗਾ ਹਾਰਟ ਦੇ ਵਿੱਚ ਔਰ ਸ਼ੂਗਰ ਤਾਂ ਅੱਜਕੱਲ ਉਹਦੂ ਵੀ ਜ਼ਿਆਦਾ ਵੱਧ ਰਹੀ ਹੈਗੀ ਆ ਕੀ ਕਹਿਣਾ ਚਾਹੋਗੇ ਕਿ ਸ਼ੂਗਰ ਪਹਿਲਾਂ ਹੀ ਨਹੀਂ ਮਤਲਬ ਕਿ ਅਸੀਂ 슈ਗਰ ਤੋਂ ਮਿੱਠੇ ਤੋਂ ਪਹਿਲਾਂ ਹੀ ਪਰਹੇਜ਼ ਕਰਨ ਲੱਗ ਜਾਈਏ ਜਦੋਂ ਸਾਨੂੰ ਸਾਡੀ ਏਜ਼ ਜਾਂ ਸਾਨੂੰ ਸਿਸਟਮ ਸਾਡਾ ਬਣਨ ਲੱਗ ਜਾਵੇ ਉਹਦੇ ਬਾਰੇ ਕੀ ਕਰਨ ਜਾਓਗੇ ਹਾਰਟ ਦੀ ਡਿਜ਼ੀਜ਼ ਤੇ 슈ਗਰ ਦੀ ਡਿਜ਼ੀਜ਼ ਮੈਂ ਦੋ ਚੀਜ਼ਾਂ ਕਹਿਣਾ ਚਾਹੁੰਦੀ ਆਂ ਦੋਨੋਂ ਜੈਨੇਟਿਕ ਹੋ ਚੁੱਕੀਆਂ ਨੇ ਰਿਸਰਚ ਐਨੀ ਸਾਇੰਸ ਨੇ ਕਰ ਲਈ ਹੈ ਸਾਇੰਸ ਬਹੁਤ ਬਹੁਤ ਅੱਗੇ ਜਾ ਚੁੱਕੀ ਹੈ ਤੇ ਅਸੀਂ ਇਹ ਲੱਭ ਲਿਆ ਕਿ ਸਭ ਕੁਝ ਜੀਨਸ ਦੇ ਚੁੰਦਾ ਹੈ ਤੁਹਾਡੇ ਜੀਨਸੇ ਚ ਹੀ ਸਭ ਕੁਝ ਹੈ ਜੈਨੇਟਿਕਸ ਲਾਈਕ ਅਗਰ ਫਾਦਰ ਨੂੰ ਆ ਗਈ ਹੈ ਤੇ ਸਮਝ ਲਓ ਅਗੇ ਬੱਚੇ ਨੂੰ ਆਣੀ ਹੀ ਆਣੀ ਹੈ ਤੇ ਕਿਉਂ ਨਾ ਅਸੀਂ ਜਦ ਬੱਚਾ ਪੈਦਾ ਹੁੰਦਾ ਉਹਨੂੰ ਤਤ ਤੋਂ ਹੀ ਡਾਈਟ ਚੰਗੀ ਦਈਏ ਅਸੀਂ ਕੀ ਕਰਦੇ ਹਾਂ ਬੱਚਾ ਪਤਲਾ ਪੈਦਾ ਹੋਏਗਾ ਨਾ ਉਹਨੂੰ ਖਿਲਾਈ ਜਾਵਾਂਗੇ ਬਾਹਰ ਦੇ ਖਾਣੇ ਫਰੈਂਚ ਫਰਾਈਜ਼ ਹੋ ਗਏ ਜਾਂ ਤਲਿਆ ਮਲਿਆ ਬੱਚਾ ਕੁਝ ਨਹੀਂ ਖਾ ਰਿਹਾ ਮੈਕਡੋਨਲਡ ਖਿਲਾ ਦਤਾ KFC ਖਿਲਾ ਦਤਾ ਮਤਲਬ ਉਹ ਜੀ ਚੀਜ਼ਾਂ ਤੇ ਪਾਈ ਜਾਵਾਂਗੇ ਕਿ ਮੇਰਾ ਬੱਚਾ ਕੁਝ ਨਹੀਂ ਖਾ ਰਿਹਾ ਹਾਏ ਮੇਰਾ ਬੱਚਾ ਕੁਝ ਨਹੀਂ ਖਾ ਰਿਹਾ ਅਸੀਂ ਇਹ ਨਹੀਂ ਦੇਖਦੇ ਕਿ ਉਹ ਜਦ 20 ਸਾਲ ਦਾ ਹੋਏਗਾ ਇੱਕ ਦਿਨ ਵਿੱਚ ਕਦੀ ਵੀ ਕਲੌਟ ਨਹੀਂ ਬੰਦਾ ਇੱਕ ਦਿਨ ਵਿੱਚ ਕਦੀ ਵੀ ਕੋਲੇਸਟ੍ਰੋਲ ਨਹੀਂ ਵੱਧਦਾ ਅਸੀਂ ਬਚਪਨ ਤੋਂ ਬੱਚੇ ਨੂੰ ਖਿਲਾਈ ਜਾਂਦੇ ਆ ਇੱਕਦਮ ਤੋਂ ਡਾਇਬੀਟਿਸ ਨਹੀਂ ਆਉਂਦੀ ਜਦ ਇੱਕ ਚੀਜ਼ ਜੈਨੇਟਿਕ ਹੋਈ ਚੁੱਕੀ ਹੈ ਪ੍ਰੂਵਨ ਤੇ ਡਾਈਟ ਨੂੰ ਕਿਉਂ ਨਾ ਅਸੀਂ ਚੇਂਜ ਕਰੀਏ ਬੱਚਿਆਂ ਨੂੰ ਕਿਉਂ ਨਾ ਹੈਲਦੀ ਖਿਲਾਨਾ ਸ਼ੁਰੂ ਕਰੀਏ ਬਚਪਨ ਤੋਂ ਜਦ 6 ਮਹੀਨੇ ਤੋਂ ਬਾਅਦ ਹੀ ਅੱਸੀ ਘਿਓ ਵਾਲੀ ਚੀਜ਼ਾਂ ਨੂੰ ਥੋੜਾ ਜਿਹਾ ਕੰਟਰੋਲ ਕਰੀਏ ਮੈਂ ਐਨੀ ਕਹਿੰਦੀ ਤੁਸੀਂ ਹਲਵੇ ਨਾ ਖਿਲਾਓ you can control the portion balance again balances the key for children so start with healthy lifestyle for kids kyunki ve tak jande jande oh itna plaque jam janda hai ki 40 saal tak heart attack aa janda this is the reason reason hi aayi hai ki assi assi bachiyan nu patle bachcha hoega haaye mere bachche ne kuch nahi khada haaye mere bachche ne kuch nahi khada eh saadi ek ਥਿੰਕਿੰਗ ਪ੍ਰੋਸੈਸ ਗਲਤ ਹੋ ਗਿਆ ਕਿ ਲੋਕ ਟੈਸਟ ਕਰਾਉਂਦੇ ਨਹੀਂ ਪਹਿਲਾਂ ਔਰ ਇੱਕਦਮ ਜਦੋਂ ਪਤਾ ਲੱਗਦਾ ਕਿ ਸਾਡੇ 슈ਗਰ ਇੰਨੇ ਚਿਰ ਦੀ ਸੀਗੀ ਸਾਨੂੰ ਔਰ ਇਹਨਾਂ ਫੈਕਟ ਕਰ ਚੁੱਕੀ ਆ ਕੀ ਕਹਿਣਾ ਚਾਹੋਗੇ ਕਿ 슈ਗਰ ਦਾ ਕਿਵੇਂ ਸਾਨੂੰ ਮਤਲਬ ਅੱਗੇ ਤਾਂ ਜਿਵੇਂ ਕਹਿੰਦੇ ਸੀ ਲੋਕ 40 ਸਾਲ ਦੀ ਉਮਰ ਚ ਤੋਂ 슈ਗਰ ਚੱਕਰ ਆਓ ਕੀ ਕਹਿਣਾ ਚਾਹੋਗੇ ਕਿ ਜਿੱਦਾਂ ਅੱਜ ਦਾ ਜੰਕ ਫੂਡਸ ਅੱਜ ਦਾ ਜਿਹੜਾ ਅਬਾਬ ਹੈਗਾ ਐਕਸਰਸਾਈਜ਼ਸ ਦਾ ਔਰ ਲਾਈਫਸਟਾਈਲ ਚੇਂਜ ਦੀ ਆਪਾਂ ਗੱਲ ਕਰ ਲਈਏ ਕੀ ਕਹਣਾ ਚਾਹੋਗੇ ਕਿ ਅੱਜ ਜਿਹੜਾ ਹਨ ਇਹ ਸਿਸਟਮ ਹੈਗਾ ਸਾਨੂੰ 25 ਸਾਲ ਤੱਕ ਹੀ ਮੇਰੇ ਖਿਆਲ ਹੈ ਕਿ ਇੱਕ ਵਾਰੀ ਸ਼ੂਗਰ ਜ਼ਰੂਰ ਟੈਸਟ ਕਰਾ ਲੈਣੀ ਚਾਹੀਦੀ ਹੈ। ਮੰਗੀ ਕਿ 6 ਮਹੀਨੇ ਚ ਇੱਕ ਵਾਰੀ ਟੈਸਟ ਕਰਾਉਣੇ ਕੋਈ ਹਰਜ਼ ਨਹੀਂ ਹੈ। ਤੇ ਇਹਦੇ ਚ ਤੁਹਾਡੀ ਆਪਣੇ ਸਰੀਰ ਦਾ ਹੀ ਪਤਾ ਚੱਲਦਾ ਹੈ ਤੇ ਯੂ ਕੈਨ ਟੇਕ ਐਨੀ ਪ੍ਰੀਕਾਸ਼ਨਸ। ਤੁਸੀਂ ਮੰਨੋਗੇ ਮੈਂ ਹੁਣੇ ਰੀਸੈਂਟਲੀ 40 ਯਰਸ ਦੇ ਜਿਨ੍ਹਾਂ ਦੀ ਲੇਟੈਸਟ ਲੇਟੈਸਟ ਸ਼ੂਗਰ ਆਈ ਸੀਗੀ। ਉਹਨਾਂ ਦੀ ਸ਼ੂਗਰ ਬਿਲਕੁਲ ਅੰਡਰ ਕੰਟਰੋਲ ਕਰ ਦਿੱਤੀ ਡਾਈਟ ਨਾਲੀ ਜਸਟ ਵਿਦ ਗੁੱਡ ਡਾਈਟ ਹੈਲਦੀ ਡਾਈਟ ਹੈਲਦੀ ਈਟਿੰਗ ਪੈਟਰਨ ਉਹਨਾਂ ਨੂੰ ਮੈਡੀਕੇਸ਼ਨ ਤੇ ਸਾਨੂੰ ਲੈਣਾ ਹੀ ਨਹੀਂ ਪਿਆ ਜਦ ਕਿ ਉਹਨਾਂ ਦੀ ਐਚਬੀ1ਏਸੀ ਮੇਰੀ ਚਲੀ ਗਈ ਸੀ 6.5 ਜਿਹਨੂੰ ਮੈਂ 5.6 ਵਿੱਚ ਵਿਦਨ 2 ਮੰਥਸ ਲੈ ਕੇ ਆਈ ਹਾਂ ਤੇ ਮਤਲਬ ਐਂਡਚ ਇਹ ਗੱਲ ਹੁੰਦੀ ਹੈ ਕਿ ਤੁਹਾਡੇ ਖਾਣ ਪੀਣ ਸਾਰੇ ਕੀ ਨੇ ਤੁਸੀਂ ਆਪਣੀ ਡਾਈਟ ਨੂੰ ਕਿੰਨਾ ਚੇਂਜ ਕਰ ਸਕਦੇ ਹੋ ਆਪਣੇ ਉਤੇ ਕਿੰਨਾ ਕੰਟਰੋਲ ਕਰ ਸਕਦੇ ਹੋ ਉਹਦੇ ਨਾਲ ਹੀ ਤੁਹਾਡੇ ਚੇਂਜਸ ਆ ਜਾਂਦੇ ਨੇ ਤੇ ਟੈਸਟਿੰਗ ਇਜ਼ ਵੈਰੀ ਇੰਪੋਰਟੈਂਟ ਯੈਸ ਤਾਂ ਹੀ ਤੁਹਾਨੂੰ ਪਤਾ ਚੱਲੇਗਾ ਜਿੰਨਾ अर्ਲੀ ਪਤਾ ਚੱਲੇਗਾ ਉਹਨਾਂ अर्ਲੀ ਤੁਸੀਂ ਆਪਣਾ ਲਾਈਫ ਸਟਾਈਲ ਚੇਂਜ ਕਰੋਗੇ ਅੱਜਕੱਲ ਮਿਲਟਸ ਦਾ ਜ਼ਮਾਨਾ ਆ ਗਿਆ ਹੈਗਾ ਔਰ ਲੋਕ ਮਿਲਟਸ ਖਾਂਦੇ ਨੇ ਔਰ ਮਿਲਟਸ ਦੇ ਵਿੱਚ ਵੀ ਲੋਕਾਂ ਨੂੰ ਬਣਾਣੇ ਆਣੇ ਚਾਹੀਦੇ ਆ ਮਿਲਟਸ ਮਿਲਦ ਤੋਂ ਮਿਲਟਸ ਲੈ ਆਂਦੇ ਲੋਕ ਉਹੀ ਫਿਰ ਉਹਨਾਂ ਨੂੰ ਮਤਲਬ ਕੀ ਕਹਿਣਾ ਚਾਹੋਗੇ ਕਿ ਮਿਲਟਸ ਤਾਂ ਲੈ ਆਓ ਤੁਸੀਂ ਮਿਲਟ ਖਾਓ ਨੋ ਡਾਊਟ ਅੱਜ ਉਹੀ ਕੁੰਦਰਾ ਉਹੀ ਚੀਜ਼ਾਂ ਜਿਹੜੀਆਂ ਪੁਰਾਣੇ ਨਾਲ ਸੀਗੇ ਤੁਸੀਂ ਖਾਓ ਲੇਕਿਨ ਉਹਨੂੰ ਬਣਾਉਣ ਦਾ ਟੰਗ ਉਹਨੂੰ ਕਿਸ ਤਰੀਕੇ ਨਾਲ ਬਣਾਉਣਾ ਕਿੰਨਾ ਬੋਇਲ ਕਰਨਾ ਕਿੰਨੇ ਦਿਨ ਉਹਨੂੰ ਕਿਵੇਂ ਸਿਸਟਮ ਬਣਾਉਣਾ ਹੈਗਾ ਉਹਦੇ ਬਾਰੇ ਕੀ ਕਰਨਾ ਚਾਹੋਗੇ ਬਟ ਮਿਲਟਸ ਦਾ ਅੱਜਕੱਲ ਕੀ ਹੋ ਗਿਆ ਪੈਕਡ ਫੂਡ ਬੜਾ ਆ ਗਿਆ ਕਿ ਮਿਲਟਸ ਤੇ ਬਣੇ ਹੋਏ ਚਿਪਸ ਆ ਗਏ ਨੇ ਮਿਲਟਸ ਦੇ ਬਿਸਕਟ ਆ ਗਏ ਨੇ ਮਿਲਟਸ ਦੇ ਰਸ ਆ ਗਏ ਨੇ ਐਂਡ ਫਲਾਣਾ ਢਹਾਣਾ ਬੜੀ ਚੀਜ਼ਾਂ ਆ ਗਈਆਂ ਉਹ ਅਵੋਇਡ ਕਰੋ ਤੇ ਆਟਾ ਗੁੰਨੋ ਰਾਗੀ ਦਾ ਆਟਾ ਗਰਮ ਪਾਣੀ ਵਿੱਚ ਗੁੰਨਿਆ ਜਾਂਦਾ ਹੈ ਨਾ ਬਾਜਰਾ ਹੁਣ ਸਰਦੀਆਂ ਨੇ ਬਾਜਰੇ ਦਾ ਆਟਾ ਖਾ ਸਕਦੇ ਹੋ ਤੁਸੀਂ ਸਰਦੀਆਂ ਵਿੱਚ ਤੇ ਯੈਸ ਮਿਲਟਸ ਨੋ ਡਾਊਟ ਬਟ in fresh form they are very healthy obviously you can replace your wheat with your millet roti i am 100% with millets they are very very healthy you must go and start your diet but not the processed one not the packet one aata le lo millet ch tusi ragi da aata use kar sakde ho bajre da aata use kar sakde ho dashko apne naal ajj baney hoye ne diet expert ਡਾਕਟਰ ਮਨੀਤ ਕੌਰ 베ਦੀ ਜੀ ਜਿਨ੍ਹਾਂ ਦਾ ਆਪਾਂ ਸਮਾਂ ਬਹੁਤ ਮੁਸ਼ਕਲ ਦੇ ਨਾਲ ਅੱਜ ਲਿੱਤਾ ਹੈਗਾ ਪਹਿਲਾਂ ਆਪਾਂ ਦਿੱਲੀ ਦੇ ਵਿੱਚ ਇਹਨਾਂ ਦੇ ਟਾਕਸ ਕੀਤੇ ਸੀ ਅੱਜ ਆਪਾਂ ਗੁਰੂ ਦੀ ਧਰਤੀ ਡੇਰਾ ਬਾਬਾ ਨਾਨਕ ਜਿਹੜਾ ਕਿ ਇਸ ਪਰਿਵਾਰ ਦੇ ਜਿਹੜੇ ਬਾਬਾ ਅਵਤਾਰ ਸਿੰਘ ਜੀ 베ਦੀ ਨੇ 16ਵੀਂ ਪੀੜ੍ਹੀ ਜਿਨ੍ਹਾਂ ਦੇ ਘਰ ਅਸਤਰ ਵਸਤ ਜਿਹੜੇ ਬਸਤਰ ਨੇ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਦੇ ਉਹ ਵੀ ਸ਼ਿਸ਼ੋਭਤ ਨੇ ਉਹਨਾਂ ਦੇ ਨਾਲ ਅੱਜ ਆਪਾਂ ਬਣੇ ਹੋਏ ਆਂ ਮਨੀਤ ਜੀ ਤੁਹਾਡਾ ਸਾਨੂੰ ਸਮਝ ਦੇਣ ਦੇ ਲਈ ਔਰ ਸਾਡੇ ਦਰਸ਼ਕਾਂ ਨੂੰ ਅਵੇਅਰ ਕਰਨ ਦੇ ਲਈ ਹਾਰਡ ਦੇ ਲਈ ਬਹੁਤ ਬਹੁਤ ਧੰਨਵਾਦ ਔਰ ਅਸੀਂ ਜਾਂਦੇ ਹਾਂ ਤੇ ਚਾਹਾਂਗੇ ਕਿ ਤੁਸੀਂ ਸਾਨੂੰ ਕਾਈਂਡਲੀ ਆਪਣਾ ਜਿਹੜਾ ਮੋਬਾਈਲ ਨੰਬਰ ਹੈਗਾ ਉਹ ਬੋਲ ਕੇ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਹੌਲੀ ਕਿਦਨੇ ਬੋਲ ਕੇ ਦੱਸੋ ਵੀ ਜਿਹਦੇ ਨਾਲ ਉਹਨਾਂ ਨੂੰ ਪਤਾ ਲੱਗ ਜਾਵੇ ਔਰ ਉਹ ਕਦੇ ਵੀ ਜਿਹੜਾ ਹੈਗਾ ਉਹ ਮੋਬਾਈਲ ਦੇ ਉੱਪਰ ਗੱਲ ਕਰ ਸਕਦੇ ਹੈਗੇ ਆ ਕੋਈ ਤੁਸੀਂ ਆਨਲਾਈਨ ਕੰਸਲਟੇਸ਼ਨ ਵੀ ਡਾਕਟਰ ਸਾਹਿਬ ਦਿੰਦੇ ਨੇ ਔਰ ਉਹਦੇ ਨਾਲ ਨਾਲ ਸਭ ਤੋਂ ਵੱਡੀ ਗੱਲ ਹੈ ਕਿ ਨਾਲ ਧਾਰਮਿਕ ਵਾਈਬ੍ਰੇਸ਼ਨਾਂ ਇਸ ਪਵਿੱਤਰ ਪਰਿਵਾਰ ਦੀ ਇਹ ਬੇਟੀ ਸਾਡੀ ਔਰ ਉਹਦੇ ਨਾਲ ਨਾਲ ਇੱਕ ਬਹੁਤ ਵਧੀਆ ਇੱਕ ਨਿਊਟ੍ਰੀਸ਼ਨਿਸਟ ਜਿਹੜਾ ਕਿ ਦਿੱਲੀ ਚ ਧੁੰਮਾ ਪਾਈਆਂ ਹੋਈਆਂ ਨੇ ਔਰ ਵੱਡੇ ਵੱਡੇ ਹਸਪਤਲ ਮੈਕਸ ਹਸਪਤਲ ਤੇ ਹੋਰ ਹਸਪਤਲਾਂ ਦੇ ਨਾਲ ਵੀ ਡਾਕਟਰ ਸਾਹਿਬ ਅਟੈਚ ਨੇ ਸਾਨੂੰ ਦੱਸਣਗੇ ਆਈ ਐਮ ਡਾਕਟਰ ਅਵਨੀਤ ਕੋਰਬੇਦੀ ਤੇ ਮੇਰਾ ਨੰਬਰ ਤੁਸੀਂ ਨੋਟ ਕਰ ਲਓ 4 ਟਾਈਮਸ 9 ਥੈਟ ਇਜ਼ 9999560328 ਮੇਰਾ ਇੰਸਟਾਗ੍ਰam ਹੈਂਡਲ ਵੀ ਹੈ ਅਵਨੀਤ ਕੋਰਬੇਦੀ ਦੇ ਨਾਮ ਨਾਲ ਤੇ ਮੈਂ ਜਾਣੇ ਜਾਂਦੇ ਸਾਰਿਆਂ ਨੂੰ ਅੱਜ ਦੇ ਦਿਨ ਦੀ ਬਹੁਤ ਲੱਖ ਲੱਖ ਵਧਾਈ ਦੇਣਾ ਚਾਹ ਰਹੀ ਆ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਵਿਸ਼ਿੰਗ ਯੂ ਅ ਵੈਰੀ ਹੈਪੀ ਗੁਰਪੁਰਬ ਸਤਿ ਸ਼ਕਾਲ ਸਾਰਿਆਂ ਨੂੰ ਸਤਿਗੁਰ ਨਾਨਕ ਪਰਗਟ ਆ ਮਿੱਟੀ ਤੁੰਦ ਜਗ ਚਾਨਣ ਹੋਆ